ਨੇਕਿਆਮਲਾ ਇਨਸਾਨ ਨੂੰ ਪਰ ਲਾਉਂਦੇ ਬਦੀਆਂ ਕਰਨ ਤੇ ਲਾਨਤਾਂ ਪੈਂਦੀਆਂ ਨੇ, ਚਿੱਟੇ ਕੱਪੜੇ ਤੇ ਲੱਗ ਜਿੱਥੇ ਦਾਗ ਜਾਵੇ ਤੇ ਉੱਥੇ ਉੱਡ ਕੇ ਮੱਖੀਆਂ ਬਹਿੰਦੀਆਂ ਨੇ। ਸਦਾ ਚੜ੍ਹਦੀ ਕਲਾ ਸੱਚੇ ਦੀ ਜੱਗ ਅੰਦਰ, ਤੇ ਕਲਾ ਝੂਠੇ ਦੀਆਂ ਅੰਤ ਨੂੰ ਢਹਿੰਦੀਆਂ ਨੇ। ਭਲੇ ਪੁਰਚਾਂ ਦਾ ਗਾਉਂਦੀ ਜਸ ਦੁਨੀਆ ਤੇ ਫਿਟਕਾਂ ਬੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਨੇ, ਫਿਟਕਾਂ ਬੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਨੇ। ਸੂਰਮਾ ਜੈਸੇ ਗੁਰ ਗੋਬਿੰਦ ਸ਼ੇਰਾਂ ਵਰਗੇ ਸਤਰੂ ਪਾਗਨਾ ਸਪਣ ਬਿੰਦ, ਪਰ ਜੇ ਤੱਕੇ ਮਿਹਰ ਨਾਲ ਐਵੇਂ ਬਿੰਦ ਦੀ ਬਿੰਦ ਜੁਗਾ ਜਿਉਂ ਜੋਬਨ ਫੁੱਲ ਗੁਲਾਬੀ ਦਾ ਇੱਕ ਮਹਿਲ ਬਣਾਉਣਾ ਗੱਲਾਂ ਦਾ ਹੋਇਆ ਜਨਹੜ ਖਿਆਲਾਂ ਦੇ, ਜਿਉਂ ਵੈਣ ਸਮੁੰਦਰੀ ਛੱਲਾਂ ਦਾ ਪਰਮੀ ਦੇ ਖਿਆਲਾਂ ਦਾ ਪਰਸ ਵਸਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ। ਜਿਉਂ ਜੋਬਨ ਫੁੱਲ ਗੁਲਾਬੀ ਦਾ ਇੱਕ ਮਹਿਲ ਬਣਾਉਣਾ ਗੱਲਾਂ ਦਾ ਹੋਇਆ ਜਨਹੜ ਖਿਆਲਾਂ ਦੇ, ਜਿਉਂ ਵੈਣ ਸਮੁੰਦਰੀ ਛੱਲਾਂ ਦਾ ਲਈ ਕਾਵ ਪ੍ਰੇਮੀ ਦੇ ਖਿਆਲਾਂ ਦਾ ਫਰਸ਼ ਵਿਛਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ। ਧੁੱਪ ਲੱਗਣ ਤੇ ਫੁੱਲ ਬੂਟੇ ਦਾ ਚਮਕੇ ਤੇ ਦਮਕਾ ਮਾਰੇ ਬਈ ਇੱਕ ਬਣੇ ਬਗੀਚਾ ਛੰਦਾਂ ਦਾ ਅੰਬਰ ਜਿਉਂ ਟੇਕਣ ਤਾਰੇ ਜੀ। ਫੁਲਾਰੀ ਚਾਹਾਰ ਪਰੋ ਕੇ ਤੇ ਫੁਲਾਰੀ ਚਾਹਾਰ ਪਰੋ ਕੇ ਤੇ ਸੰਗਤਾਂ ਦੇ ਗਲ ਵਿੱਚ ਪਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ। ਹੱਸੇ ਪਈ ਕੁਦਰਤ ਕਾਦਰ ਦੀ ਹੱਸੇ ਪਈ ਕੁਦਰਤ ਕਾਦਰ ਦੀ ਫੁੱਲ ਮਹਿਕਣ ਅਜਬ ਬਹਾਰਾਂ ਦੇ ਦਿਲ ਮਹਿਕ ਬਣੇ ਕਸਤੂਰੀ ਦੀ ਕੱਟਦੇ ਮਾਰੋਗ ਬਿਮਾਰਾਂ ਦੇ ਪਲ ਵਿੱਚ ਪਛਾਣਾ ਝੂਠੇ ਨੂੰ ਪਛਾਣਾ ਝੂਠੇ ਨੂੰ ਸੱਚੇ ਦਾ ਸੱਚ ਜਿਤਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ।
ਕਵਤਾਂ ਦੀਆਂ ਨਦੀਆਂ ਤਰਕੇ ਤੇ ਲੱਗ ਜਾਵਾਂ ਪਾਰਲੇ ਕੰਡੇ ਤੇ ਯਮਨਾ ਦਾ ਦੇ ਡੰਡੋਰਾ ਜੀ ਇੱਕ ਘੁੱਗੀ ਨੀਲੇ ਝੰਡੇ ਦੇ ਧਰਮ ਦੀ ਰਾਖੀ ਕਰਨੀ ਪਈ ਜੇ ਧਰਮ ਦੀ ਰਾਖੀ ਕਰਨੀ ਪਈ ਤਾਂ ਖੰਡਾ ਵੀ ਖਿੜਕਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਨੇ ਜੀ ਕਾਹ ਬਗੀਚਾ ਲਾਉਣਾ ਮੈਂ ਦਿਲ ਬਣ ਜੇ ਸੁਲਝੇ ਸ਼ਹਿਰਾਂ ਦਾ ਲਗ ਕੰਨੇ ਦੀ ਨਾ ਕਾਟ ਰਹੇ ਮੈਂ ਆਖਾਂ ਮੈਨੂੰ ਪਤਾ ਨਹੀਂ ਮਜਨੂੰ ਦੀ ਕਿੰਨੀ ਵਾਟ ਰਹੇ ਬਣ ਜੇ ਹਾਸੇ ਦਾ ਰੱਬ ਕੋਣੀ ਭੇਦ ਮਟਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾ ਬਗੀਚਾ ਲਾਉਣਾ ਮੈਂ ਹੋ ਦੁਨੀਆ ਦੀ ਮਾਇਆ ਮੋਹੇ ਨਾ ਦੁਨੀਆ ਦੀ ਮਾਇਆ ਮੋਹੇ ਨਾ ਮਨ ਸੱਚੀਆਂ ਗੱਲਾਂ ਕਰਦਾ ਰਹੇ ਕੋਈ ਹੇਕੜ ਬਾਜ ਡਰਾਵੇ ਨਾ ਜੇ ਮਨ ਪਾਪਾਂ ਤੂੰ ਡਰਦਾ ਰਹੇ ਖੁਸ਼ੀਆਂ ਵਿੱਚ ਕੰਮ ਦਾ ਪਤਾ ਨਹੀਂ ਖੁਸ਼ੀਆਂ ਵਿੱਚ ਗਮ ਦਾ ਪਤਾ ਨਹੀਂ ਹਾਂ ਵਾਸੀ ਜਗਤ ਭਰਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾ ਬਗੀਚਾ ਲਾਉਣਾ ਮੈਂ ਸਹਿਬਾ ਤੇਰੀ ਮੇਰ ਹੋਵੇ ਪਾਪੀ ਤੋਂ ਅਦਲ ਕਰਾ ਦੇਵੇ ਪਰ ਪੁੱਠੀ ਨਿਗਾਹ ਕਰੇ ਜੇ ਤੂੰ ਸ਼ੇਰਾਂ ਨੂੰ ਕਾਸ ਚਰਾ ਦੇਵੇ ਵਾ ਜਗ ਬੇਸ ਜੇ ਆਈ ਦਾ ਖਿਆਲਾਂ ਦਾ ਤੇਲ ਮਚਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਹ ਬਗੀਚਾ ਲਾਉਣਾ ਮੈਂ ਮਸਤ ਜਗੀਰੇ ਦੀ ਗਾਉਣੀ ਜੋ ਮਸਤ ਜਗੀਰੇ ਦੀ ਪਿੰਡ ਪਿੰਡ ਵਿਚਾਰਾਂ ਬਣ ਜਾਵੇ ਗੱਲ ਲਿਖੇ ਕਲਮ ਜੋ ਜੋਗੀ ਦੀ ਗੁਰਮੁਖ ਦੀਆਂ ਟਾਰਾਂ ਬਣ ਜਾਵੇ ਕਵਿਤਾ ਦੀ ਵਾਟੀ ਮੁੱਕ ਦਿਸੇ ਕਰ ਮਿਹਰਤ ਤੋੜ ਪਹੁੰਚਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਲ ਬਗੀਚਾ ਲਾਉਣਾ ਮੈਂ ਗੁਰਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭੱਜ ਹਰ ਕੀ ਸੇਵ ਏਕ ਪਿਤਾ ਏਕ ਸਕੇਹਾ ਬਾਰਕ ਤੂੰ ਮੇਰਾ ਗੁਰਹਾਈ ਜੀ ਮਹਾਂਵਾਕ ਅਨੁਸਾਰ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨਾ ਜਾਈ ਦੀ ਮਹਾਂਵਾਕ ਅਨੁਸਾਰ ਦੁਨੀਆਂ ਦੇ ਵਾਲੀ ਤਖਤਾਂ ਤੇ ਪ੍ਰਕਾਸ਼ਮਾਨ ਹੈ ਸਜ ਬੈਠੇ ਦੀਵਾਨਾਂ ਦੀ ਹਾਜ਼ਰੀ ਪਾ ਰਹੇ ਸਰਬੱਤ ਮਾਈ ਭਾਈ ਪਿਆਰ ਵਿੱਚ ਆਓ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਫਤਿਹ ਬੁਲਾਉਣ ਦੀ ਨਾ ਦੂਰਾਂ ਜਾਪਣਾ ਹੈ ਵਾਹਿਗੁਰੂ ਮੰਤਰ ਦਾ ਸੰਕੋਚ ਨਾ ਕਰਿਓ ਫਤਿਹ ਬੁਲਾਉਣ ਦੀ ਨਾ ਦੂਰਾਂ ਜਾਪਣਾ ਹੈ ਵਾਹਿਗੁਰੂ ਮੰਤਰ ਦਾ ਤੇ ਮੈਂ ਆਪਦਾ ਪਹਿਲੇ ਤਰਲਾ ਮਾਰ ਲਿਆ ਕਿ ਫਤਿਹ ਗੱਜ ਕੇ ਬੁਲਾਓਗੇ ਆਪਦਾ ਪਹਿਲਾਂ ਤਰਲਾ ਮਾਰ ਲਈਏ ਆਸ ਹੈ ਮਰਾਦ ਹੈ ਦੁਨੀਆਂ ਦਾ ਵਾਲੀ ਕਿਰਪਾ ਕਰੇ ਫਤਿਹ ਗੱਜ ਕੇ ਬੁਲਾਓਗੇ ਫਤਿਹ ਬੁਲਾਉਣ ਤੋਂ ਪਹਿਲਾਂ ਜਿੰਨੇ ਵੀ ਸਜ ਬੈਠੇ ਸਤਸੰਗੀ ਜਨੋ ਪਿਆਰ ਵਿੱਚ ਆਇਓ ਆਪਣੀ ਸੁਰਤੀ ਬਿਰਤੀ ਜਿਹੜੀ ਆ ਇਹਨੂੰ ਖੜਿਓ ਕਲਗੀਆਂ ਵਾਲੇ ਪਾਤਸ਼ਾਹ ਦੇ ਇਤਿਹਾਸ ਦੇ ਪੰਨਿਆਂ ਵੱਲ ਫਤਿਹ ਬੁਲਾਉਣ ਤੋਂ ਪਹਿਲਾਂ ਆਪਣੀ ਨਿਗਾਹ ਆਪਣੀ ਸੁਰਤੀ ਬਿਰਤੇ ਮਾਨਵ ਚਾਂਦ ਕਲਗੀਆਂ ਵਾਲੇ ਪਾਤਸ਼ਾਹ ਦੇ ਇਤਿਹਾਸ ਦੇ ਪੁੰਨਿਆਂ ਵੱਲੇ ਮਹਾਰਾਜੀਆਂ ਦੇ ਉਸ ਦਾਦੇ ਦੇ ਇਤਿਹਾਸ ਦੇ ਪੁੰਨਿਆਂ ਵੱਲੇ ਨਿਗਾਹ ਮਾਰਦੇ ਹੋਏ ਚੌਂਕੜੇ ਮਾਰੋ ਤੇ ਜੋੜੋ ਹੱਥ ਪਿਆਰ ਵਿੱਚ ਆਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗਿਆਨੀ ਬਲਕਾਰ ਸਿੰਘ ਜੀ ਨੇ
ਉਹਦਾ ਬੇਟਾ ਹੈ ਭਾਈ ਰਣਜੋਤ ਸਿੰਘ ਜੀ ਜੋ ਕੈਨੇਡਾ ਵਿੱਚ ਗਏ ਹੋਏ ਨੇ। ਉਹਨਾਂ ਚੜ੍ਹਦੀ ਕਲਾਵਾਂ ਤੇ ਬੇਨਤ ਮੈਂ ਬੀਜੀ ਹੈ ਪੰਜਾਬ ਦੇ ਮੁੜੇ ਬਲਪੁਰੀਆਂ ਤੋਂ ਬੇਟਾ ਅਮੈਰੀਕਾ ਦੇ ਵਿੱਚ ਗਿਆ ਹੋਇਆ ਚੜ੍ਹਦੀ ਕਲਾਵਾਂ ਤੇ ਮੇਰੇ ਵੀਰ ਨੇ ਪੰਜਾਬ ਦੇ ਮੁੜੇ ਮੈਂ ਬੀਜੀ ਹੈ ਸਾਹਿਬ ਕਿਰਪਾ ਚੜ੍ਹਦੀ ਕਲਾ ਕਰੇ। ਜਸਵਿੰਦਰ ਸਿੰਘ ਜੀ ਸਾਡੇ ਵੀਰ ਮੁਲਾਜ਼ਮ ਸਾਹਿਬ ਜੀ ਆ ਉਹਨਾਂ ਇੱਕ ਸੌ ਦਮਣਾ ਮਾਇਆ ਭੇਜੀ ਆ ਦਾਤਾ ਕਿਰਪਾ ਚੜ੍ਹਦੀ ਕਲਾ ਕਰੀ ਮਹਾਰਾਜ ਇਲਾਕੇ ਵਿੱਚੋਂ ਆਈਆਂ ਹੋਈ ਸਿੱਖ ਸੰਗਤਾਂ ਵੱਲੋਂ ਦਾਸਰੀਆਂ ਦੀ ਮਾਣ ਵਿੱਚ ਸੱਚੇ ਪਾਤਸ਼ਾਹ ਦੇ ਘਰ ਦੀਆਂ ਹਾਜ਼ਰੀਆਂ ਭਰਦਿਆਂ ਹੋਏ ਆ ਬੇਨਤ ਮਾਇਆ ਭੇਜੀ ਆ ਦਾਤਾ ਕਿਰਪਾ ਮੇਰੇ ਗਿਆਨੀ ਗੁਰਭੇਜ ਸਿੰਘ ਜੀ ਮੇਰੇ ਵੀਰ ਉਹਨਾਂ ਬੇਨਤ ਮਾਇਆ ਭੇਜੀ ਆ ਮੇਰੇ ਪਾਤਸ਼ਾਹ ਕਿਰਪਾ ਕਰੀ ਮਹਾਰਾਜ ਮੇਰੇ ਵੀਰ ਭਾਈ ਦਲਜੀਤ ਸਿੰਘ ਦੇ ਸੰਧੂ ਸਾਹਿਬ ਉਹਨਾਂ ਵੱਲੋਂ ਇੱਕ ਸੋਤ ਬੜਾ ਮਾਇਆ ਹਾਜ਼ਰ ਹੋਈ ਆ ਸਾਹਿਬ ਕਿਰਪਾ ਚੜ੍ਹਦੀ ਕਲਾ ਕਰੀ ਮਹਾਰਾਜ ਨਗਰ ਖੀਰਪੋਏ ਤੋਂ ਸਾਡੇ ਸਰਕਾਰ ਜੋ ਵੀਰ ਜਿਹੜੇ ਬੜੇ ਪਿਆਰ ਵਾਲੇ ਨੇ ਸਦਾ ਬੱਜਣ ਸਿੰਘ ਬਾਪੂ ਦਾ ਪਰਿਵਾਰ ਹੈ ਇਸ ਵੀਰ ਨੇ ਵੀ ਸੋਧ ਬੜਾ ਮਾਇਆ ਭੇਜੀ ਆ ਸਾਹਿਬ ਚੜ੍ਹਦੀ ਕਲਾ ਕਰੀ ਮਹਾਰਾਜ ਦਾਤਾ ਖੁਸ਼ੀਆਂ ਦੇ ਖੇੜੇ ਬਸ਼ ਕਰੇ ਸਰਬੱਤ ਮਾਈ ਭਾਈ ਜੀ ਮਹਾਰਾਜ ਆਪਣੇ ਇੱਧਰੋਂ ਘਰੋਂ ਸੱਚੇ ਪਾਤਸ਼ਾਹ ਰਹਿਮਤਾਂ ਬਸ਼ ਕਰਨ ਮਹਾਰਾਜ ਚੜ੍ਹਦੀ ਕਲਾ ਕਰਨ ਆਓ ਸਮੇਂ ਚ ਰਹਿ ਕੇ ਮੇਰੇ ਵੀਰ ਨੇ ਸਮਾਂ ਲਾਂਚ ਕਰਤਾ ਆਪ ਨੂੰ ਝਾਤ ਮਾਰ ਕੇ ਵੇਖੀਏ ਕਿ 24 ਤਰੀਕ ਦਾ ਰਾਮ ਵੇਸ ਅਖੰਡਪੁਰ ਸਾਹਿਬ ਤੇ ਉਦੋਂ ਤੋਂ ਡਿਊਟੀਆਂ ਥਾਂ ਉੱਥੇ ਲੱਗੀਆਂ ਹੋਈਆਂ ਅੱਜ ਵੀ ਸਵੇਰੇ ਮੈਂ 6 ਵਜੇ ਦੇ ਕੇਵਲ ਟਾਈਮ ਦੇ ਨਾਲ ਦੀਵਾਨ ਦੇ ਵਿੱਚ ਆਪਾਂ ਆ ਗਏ 6 ਵਜੇ ਦੇ ਨਾਲ ਤੇ ਦੁੱਧ ਦੀ ਸੇਵਾ ਆਰੰਭ ਹੋ ਗਈ ਤੇ ਉਦੋਂ ਵੀ 2-2.5 ਘੰਟੇ ਬੋਲਦੇ ਆ ਲੰਘ ਇਹ ਵੀ ਦਾਤਾ ਕਿਰਪਾ ਕਰੇ ਹੁਣ ਵੀਰ ਨੇ ਆਖਿਆ ਕਿ ਆਪ ਨੇ ਸਮਾਂ ਜਿਹੜਾ ਵਾ ਉਹ ਇੱਕ ਘੰਟੇ ਦਾ ਸਮਾਂ ਮੈਂ ਆਖਿਆ ਥੋੜ੍ਹਾ ਕਰ ਲਈ ਰੱਖਿਆ ਨਹੀਂ ਇਹ ਦਾਤਾ ਕਿਰਪਾ ਕਰੀ ਮਹਾਰਾਜ ਆਪਾਂ ਇੰਨਾ ਕੁ ਸਮਾਂ ਜਿਹੜਾ ਆਪਦੀ ਸੇਵਾ ਦੇ ਵਿੱਚ ਗੁਰੂ ਸਾਹਿਬਾਂ ਰਹਿਮਤ ਸਦਕਾ ਦਿਆ ਸਦਕਾ ਮੈਂ ਆਪਦੀ ਸੇਵਾ ਕਰ ਚੁੱਕੀਏ ਆਪਦੀ ਸੇਵਾ ਦੇ ਲਾਇਕ ਹੋਈਏ ਮੇਰਾ ਪਾਤਸ਼ਾਹ ਕਿਰਪਾ ਕਰੇ ਆਓ ਮੇਰਾ ਆਪਣਾ ਅੰਦਾਜ਼ ਹੈ ਕਿ ਆਪਾਂ ਇਤਿਹਾਸ ਦੇ ਪੁੰਨਿਆਂ ਵੱਲੇ ਛੱਤ ਮਾਰੀਏ ਦੀਨ ਦੁਨੀਆਂ ਦਾ ਵਾਲੀ 5ਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਉੱਤੇ ਜਾਸਾ ਲੱਗ ਗਿਆ ਉਹ ਸਮੇਂ ਦਾ ਕਾਨੂੰਨ ਜਾਸਾ ਜਾਸਾ ਦਾ ਭਾਵ ਹੈ ਕਿ ਇਸ ਮਨੁੱਖ ਨੂੰ ਕਿਵੇਂ ਕਤਲ ਕਰਨਾ ਹੈ ਇਹਨੂੰ ਕਿਵੇਂ ਮਾਰਨਾ ਹੈ ਇਹਨੂੰ ਕਿਵੇਂ ਖਤਮ ਕਰਨਾ ਹੈ ਜਾਸਾ ਹੁਕਮ ਇਹ ਵਿਦਵਾਨਾਂ ਦਾ ਕਥਨ ਹੈ ਇਹਦੇ ਅਲੱਗ ਅਲੱਗ ਤਰੀਕੇ ਨੇ ਇਹਨੂੰ ਨੱਪ ਕੇ ਮਾਰ ਦਿਓ ਡੋਬ ਕੇ ਮਾਰ ਦਿਓ ਫਾਹ ਦੇ ਕੇ ਮਾਰ ਦਿਓ ਸਾੜ ਕੇ ਮਾਰ ਦਿਓ ਕੁੱਟ ਕੇ ਮਾਰ ਦਿਓ ਸਿਰ 'ਚ ਡੰਡਾ ਮਾਰ ਕੇ ਮੁੰਗਲੀ ਮਾਰ ਕੇ ਮਾਰ ਦਿਓ ਕਹਿਣ ਤੋਂ ਬਾਅਦ ਇਹਦਾ ਕਦੇ ਖੂਨ ਦਾ ਕਤਰਾ ਬਾਹਰ ਨਾ ਘਿਰ ਜਾਵੇ ਕਦੇ ਖੂਨ ਦਾ ਕਤਰਾ ਧਰਤੀ ਦੇ ਨਾ ਘਿਰ ਜਾਵੇ ਜੇ ਘਿਰ ਗਿਆ ਇਹ 'ਚ ਫਿਰ ਸ਼ਹੀਦ ਪੈਦਾ ਹੋਣਗੇ ਸਮੇਂ ਦੀ ਸਰਕਾਰ ਨੇ ਸਮੇਂ ਦੇ ਹਾਕਮਾਂ ਨੇ ਦੀਨ ਦੁਨੀਆਂ ਦੇ ਵਾਲੀ ਮਹਾਰਾਜਿਆਂ ਨੂੰ ਸ਼ਾਂਤ ਮਾਹੀ ਦੇ ਸਾਗਰ ਨੂੰ ਮਹਾਰਾਜਿਆਂ ਨੂੰ ਦੇਗਾਂ ਵਿੱਚ ਬਾਲ ਕੇ ਤਵੀਆਂ ਤੇ ਬਹਾਲ ਕੇ ਸ਼ਹੀਦ ਕੀਤਾ ਗਿਆ 5ਵੇਂ ਪਾਤਸ਼ਾਹ ਮਹਾਰਾਜ ਉਸ ਦੁਨੀਆਂ ਦੇ ਵਾਲੇ ਨੂੰ 16 ਪੈ ਤਵੀ ਤੇ ਬਹਾਲ ਕੇ ਆਲੂ ਦੇ ਵਾਂਗਰਾਂ ਦੇਗਾਂ ਵਿੱਚ ਬਾਲ ਕੇ ਸ਼ਹੀਦ ਕੀਤਾ ਗਿਆ ਮਹਾਰਾਜ ਉਸ ਦਾਤੇ ਨੇ ਸ਼ਹੀਦਾਂ ਦਾ ਬੂਟਾ ਲਾਇਆ ਸੰਸਾਰ ਤੇ ਮਹਾਰਾਜ ਉਹ ਸ਼ਹੀਦਾਂ ਦੇ ਸਰਤਾਜ ਬਣੇ 5ਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਹੋਣ ਹਾਸ ਪੁੱਤਰ ਸੋਹਣਿਆਂ ਦੇ ਸਰਤਾਜ ਮੀਰੀ ਪੀਰ ਦੇ ਮਾਲਕ 6ਵੇਂ ਪਾਤਸ਼ਾਹ ਮਹਾਰਾਜ ਦੁਨੀਆਂ ਦੇ 19 ਸੋਹਣੇ ਪੈਦਾ ਹੋਏ ਨੇ ਸਾਰਿਆਂ ਤੋਂ ਸੋਹਣਾ ਸੰਸਾਰ ਤੇ 6ਵੇਂ ਪਾਤਸ਼ਾਹ ਪੈਦਾ ਹੋਏ ਆ ਮਹਾਰਾਜ ਦਾਤਾ ਸਾਰਿਆਂ ਤੋਂ ਸੋਹਣਾ ਸੰਸਾਰ ਤੇ 6ਵੇਂ ਪਾਤਸ਼ਾਹ ਮੀਰੀ ਪੀਰ ਦਾ ਮਾਲਕ ਪੈਦਾ ਹੋਇਆ 11 ਸਾਲ ਦੀ ਆਜੂ ਲੈ ਕੇ 6ਵੇਂ ਪਾਤਸ਼ਾਹ ਮਹਾਰਾਜ ਦਾਤਾ ਗੱਦੀਆਂ ਤੇ ਬੈਠੇ ਨੇ ਸਮੇਂ ਦੀ ਸਰਕਾਰ ਕੰਮ ਉੱਠੀ ਹੈ ਕਿ 6ਵੇਂ ਪਾਤਸ਼ਾਹ ਨੇ ਤਖ਼ਤ ਸਾਇਆ ਹੋਇਆ ਹੁਣ ਅਚਿਆ ਹੈ ਤਖ਼ਤ ਕਾਲ ਤਖ਼ਤ ਹਰਿਮੰਦਰ ਦੇ ਸਾਹਮਣੇ ਸਮੇਂ ਦੀ ਸਰਕਾਰ ਝੁਕਦੀ ਸਰਕਾਰ ਜੋ ਭਾਈ ਮੇਰੇ ਵੀਰ ਸਰਦਾਰ ਬਾਬੂ ਬੱਜਣ ਸਿੰਘ ਦਾ ਪਰਿਵਾਰ ਆ ਵੀ ਉਹਨਾਂ ਛੋਟੇ ਸਪੁੱਤਰ ਦੇ ਦਾਤੇ ਨੇ ਕਿਰਪਾ ਕੀਤੀ ਮਹਾਰਾਜ ਜੀ ਨੇ ਦਾਤੇ ਨੇ ਭਜੰਗੀ ਦਾਲ ਬਖਸ਼ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੇ ਦਾਤਾ ਰਹਿਮਤ ਕਰੇ ਮੈਂ ਸਾਂਝੀ ਬੇਨਤੀ ਕਰਦਾ ਵਾ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਦੇ ਮਹਾਂਵਕਰ ਪਾਤਸ਼ਾਹ ਕਿਰਪਾ ਕਰੇ ਮਹਾਰਾਜ ਉਸ ਬੱਚੇ ਦੀ ਪਾਤਸ਼ਾਹ ਵੱਡੀ ਵੱਡੀ ਆਰਜੂ ਕਰਨ ਦਾਤਾ ਚੜ੍ਹਦੀ ਕਲਾ ਕਰਨ ਮਹਾਰਾਜ ਉਹਨਾਂ ਵੱਲੋਂ ਸੋਧਮੜਾ ਮਾਇਆ ਹਾਜ਼ਰੀ ਮੇਰੇ ਪਾਤਸ਼ਾਹ ਕਿਰਪਾ ਚੜ੍ਹਦੀ ਕਲਾ ਕਰੇ
ਜਹਾਂਗੀਰ ਬਾਦਸ਼ਾਹ ਸਮੇਂ ਦੀ ਸਰਕਾਰ ਸਮੇਂ ਦਾ ਹਾਕਮ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਰਗ ਦੇ ਫੌਜਾਂ ਸਖੀਆਂ ਹੋਈਆਂ ਮਹਾਰਾਜ ਜੀਆਂ ਨੇ ਜਿਹੜੇ ਪੰਚਾਇਤੀ ਫੈਸਲੇ ਹੈ ਇਹ ਹੁੰਦੇ ਹੈ ਅਕਾਲ ਤਖ਼ਤ ਬੈਠਿਆ ਹੋਇਆ ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਸਮੇਂ ਦੀ ਸਰਕਾਰ ਨੇ ਵੇਖਿਆ ਕਿ ਪੰਜਵੇਂ ਪਾਤਸ਼ਾਹ ਨੂੰ ਖਤਮ ਕੀਤਾ ਹੋਇਆ ਉਹਨਾਂ ਦਾ ਹੋਣਹਾਰ ਬੇਟਾ ਛੇਵੇਂ ਪਾਤਸ਼ਾਹ ਗੱਦੀਆਂ ਤੇ ਬੈਠਾ ਹੋਇਆ ਚੁੱਭਦੀ ਹੈ ਸਰਕਾਰ ਇੱਕ ਮੈਂ ਬੇਨਤੀ ਕਰਦਾ ਵਾਂ ਜੇ ਜਿਹੜੀ ਵੀ ਸਰਕਾਰ ਸੰਸਾਰ ਦੇ ਤਖ਼ਤ ਤੇ ਬਹਿੰਦੀ ਹੈ ਉਹਦਾ ਕੇਵਲ ਧਿਆਨ ਹੀ ਸਿੱਖਾਂ ਵੱਲੇ ਹੈ ਜਿਹੜੀ ਵੀ ਸਰਕਾਰ ਆਉਂਦੀ ਹੋਣ ਦੇ ਵਿੱਚ ਤਖ਼ਤ ਤੇ ਬਹਿੰਦੀ ਹੈ ਉਹਦਾ ਕੇਵਲ ਨਿਸ਼ਾਨਾ ਹੀ ਸਿੱਖਾਂ ਵੱਲੇ ਹੈ ਕਿਤੇ ਝਾਤ ਮਾਰ ਕੇ ਵੇਖ ਲਈਏ ਅਬਦਾਲੀ ਦੇ ਵੱਲੇ ਤੇ ਮਨੂ ਦੇ ਵੱਲੇ ਜਦੋਂ ਮਨੂ ਦਾ ਵੇਲਾ ਆਇਆ ਨਾ ਉਦੋਂ ਖਾਣ ਬਣ ਗਿਆ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜੋ ਜੋ ਮਨੂ ਵੜਦਾ ਅਸੀਂ ਦੂਣੇ ਚੌਣੇ ਹੋਏ ਐਸੀਆਂ ਕਹਾਵਤਾਂ ਬਣੀਆਂ ਹੋਈਆਂ ਨੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸਮੇਂ ਦੀ ਸਕਾਂਦਲੀ ਸੱਦਿਆ ਗਿਆ ਹੈ ਜਹਾਂਗੀਰ ਬਾਦਸ਼ਾਹ ਨੇ ਐਲਕ ਐਲਕ ਲਾਏ ਹੋਏ ਨੇ ਆਏ ਨੇ ਐਲਕ ਹਰਿਮੰਦਰ ਸਾਹਿਬ ਧਰਤੀ ਤੇ ਤੁਹਾਨੂੰ ਜਹਾਂਗੀਰ ਬਾਦਸ਼ਾਹ ਸੱਦਦਾ ਹੈ ਤੁਹਾਡੇ ਨਾਲ ਮੇਲ ਮਿਲਾਪ ਕਰਨਾ ਚਾਹੁੰਦਾ ਹੈ ਛੇਵੇਂ ਪਾਤਸ਼ਾਹ ਨੇ ਆਖਿਆ ਕਿ ਮਾਤਾ ਜੀ ਨੂੰ ਪੁੱਛਿਆ ਜਾਵੇ ਮਾਤਾ ਜੀਆਂ ਦੇ ਖੋਲ ਗਏ ਨੇ ਮਾਤਾ ਜੀ ਸਮੇਂ ਦੀ ਸਕਾਰਨ ਸੱਦਿਆ ਛੇਵੇਂ ਪਾਤਸ਼ਾਹ ਦਲੀ ਮਹਾਰਾਜ ਜੀ ਨੇ ਆਖਿਆ ਆਪਾਂ ਨੇ ਇੰਨੀ ਗੱਲ ਕਹਿ ਸਕਦੇ ਬਾਬੋਡਾ ਸਾਹਿਬ ਜੀ ਬ੍ਰਹਮ ਗਿਆਨੀ ਨੇ ਪੁੱਛਿਆ ਉਹਨਾਂ ਦੇ ਕੋਲ ਬਾਬਾ ਦੇ ਕੋਲ ਗਏ ਨੇ ਕਹਿੰਦਾ ਕਿ ਸਾਡੇ ਗੱਲ ਨੀ ਗੀ ਜਿਹੜਾ ਸਤਿਕਾਰ ਯੋਗ ਸਮੇਂ ਦਾ ਸੂਰਮਾ ਹੋਇਆ ਸਮੇਂ ਦਾ ਬਹੁਤ ਵੱਡਾ ਜਰਨੈਲ ਹੋਇਆ ਹੈ ਬਾਬੇ ਦੀ ਚੰਦ ਪੁੱਛਿਆ ਜਾਵੇ ਕਿ ਸੰਸਾਰ ਨੀਤੀ ਤੋਂ ਪਾਤਸ਼ਾਹ ਨੂੰ ਜਾਣੂ ਹੋਣਾ ਚਾਹੀਦਾ ਬਾਬੇ ਦੀ ਚੰਦ ਆਖਿਆ ਹਾਂ ਇਹ ਗੱਲ ਮੰਨਣ ਯੋਗ ਹੈ ਛੇਵਾਂ ਦਿੱਲੀ ਜਾਣਾ ਚਾਹੀਦਾ ਹੈ ਮਹਾਰਾਜ ਜੀ ਨੂੰ ਕਿ ਸਰਕਾਰ ਦੀ ਨੀਤੀ ਕੀ ਹੈ ਸਰਕਾਰ ਕਿਹੜੀ ਚੱਲਦੀ ਚੱਲਦੀ ਹੈ ਛੇਵੇਂ ਪਾਤਸ਼ਾਹ ਮਹਾਰਾਜ ਦਿੱਲੀ ਪਹੁੰਚੇ ਹੋਏ ਨੇ ਟਿੱਲਾ ਹੈ ਮਜਨੂੰ ਦਾ ਸਾਹਿਬਾਂ ਉੱਥੇ ਜਾ ਕੇ ਨਿਵਾਸ ਹੋਇਆ ਹੈ ਆਇਆ ਜਹਾਂਗੀਰ ਬਾਦਸ਼ਾਹ ਉਹਨੇ ਬੜਾ ਸਤਿਕਾਰ ਕੀਤਾ ਸੱਦਿਆ ਆਪਣੇ ਦਰਬਾਰ ਚ ਮਹਾਰਾਜ ਜੀ ਨੂੰ ਉਹਨੇ ਬੜਾ ਆਓ ਭਗਤ ਕੀਤੀ ਹੈ ਉਹਨੇ ਬੜਾ ਸਤਿਕਾਰ ਕੀਤਾ ਕਹਿਣ ਲੱਗਾ ਮਹਾਰਾਜ ਕੱਲ੍ਹ ਨੂੰ ਸਾਡੇ ਤੋਂ ਸ਼ਿਕਾਰ ਖੇਡਣ ਜਾਣਾ ਦਾਦਾ ਕੱਲ੍ਹ ਤੋਂ ਸਾਡੇ ਨਾਲ ਜਾਣਾ ਹੈ ਸ਼ਿਕਾਰ ਖੇਡਣ ਵਾਸਤੇ ਸਮੇਂ ਦਾ ਬਾਦਸ਼ਾਹ ਅੰਦਰੋਂ ਇੰਨਾ ਗਿਰ ਗਿਆ ਹੋਇਆ ਕਿ ਸੱਪ ਮਰ ਜਾਵੇ ਛੋਟਾ ਵੀ ਵੱਜ ਜਾਵੇ ਇਹਨੇ ਆਖਿਆ ਕਿ ਜੰਗਲ ਦੇ ਵਿੱਚ ਪੈਂਦਾ ਹੈ ਬੱਬਰ ਸ਼ੇਰ ਜੇ ਤੇ ਉਹ ਮਰ ਗਿਆ ਤਾਂ ਵੀ ਚੰਗਾ ਜੇ ਉਹਨੇ ਛੇਵੇਂ ਪਾਤਸ਼ਾਹ ਨੂੰ ਖਤਮ ਕਰਤਾ ਤੇ ਸਿੱਖੀ ਸੰਸਾਰ ਤੋਂ ਸਦਾ ਵਾਸਤੇ ਖਤਮ ਹੋ ਜਾਵੇਗੇ ਸਮੇਂ ਦੀ ਸਰਕਾਰ ਤੇ ਛੇਵੇਂ ਪਾਤਸ਼ਾਹ ਮਹਾਰਾਜ ਤੁਰਨੇ ਸ਼ਿਕਾਰ ਵੱਲੇ ਜੰਗਲ ਵਿੱਚ ਗਏ ਨੇ ਮਹਾਰਾਜ ਛੇਵੇਂ ਪਾਤਸ਼ਾਹ ਨਾਲ ਨੇ ਨਾਲ ਬਿਧੀ ਜਾਂਦਾ ਹੈ ਅੱਗੋਂ ਨਿਕਲਿਆ ਹੈ ਬੱਬਰ ਸ਼ੇਰ ਪੈਰਾਂ ਤੋਂ ਲੈ ਕੇ ਸਿਰ ਤੱਕ ਕੰਬਿਆ ਜਹਾਂਗੀਰ ਬਾਦਸ਼ਾਹ ਉਹਨੇ ਆਖਿਆ ਛੇਵੇਂ ਪਾਤਸ਼ਾਹ ਮਹਾਰਾਜ ਦਾਤਾ ਸਾਹਮਣੇ ਬੱਬਰ ਸ਼ੇਰ ਆਇਆ ਹੋਇਆ ਇਹਦਾ ਮੁਕਾਬਲਾ ਤੁਸੀਂ ਕਰੋ ਕਹਿਣ ਲੱਗੇ ਠੀਕ ਹੈ ਇਹ ਗੱਲ ਸਾਡੇ ਮੰਨਣ ਯੋਗ ਹੈ ਛੇਵੇਂ ਪਾਤਸ਼ਾਹ ਮਹਾਰਾਜ ਦਾਤਾ ਮੀਰੀ ਪੀਰ ਦਾ ਮਾਲਕ ਮਹਾਰਾਜ ਉਹ ਸ਼ੇਰ ਦੇ ਕਿਵੇਂ ਕੋਲ ਜਾਂਦਾ ਮਹਾਰਾਜ ਤੇ ਜਹਾਂਗੀਰ ਬਾਦਸ਼ਾਹ ਛੇਵੇਂ ਪਾਤਸ਼ਾਹ ਨੂੰ ਕੀ ਕਹਿ ਰਿਹਾ ਨਾ ਮੈਂ ਨਾਲ ਦੇ ਵੀਰ ਹੇ ਇਹਨੇ ਕਹਿਣ ਲੱਗੇ ਜੀ ਜਹਾਂਗੀਰ ਜਗਿਆ ਸ਼ਿਕਾਰ ਇੱਕ ਸ਼ੇਰ ਦਿਸੇ ਪੁਬ ਮਾਰ ਤਕ ਮੌਤ ਕੰਬੀ ਸਰਕਾਰ ਚਟ ਮੁਖ ਚੋਂ ਬਚਨ ਉਚਾਰੇ ਜੀ ਮੈਂ ਦੌਲਤ ਦਿਆਵੂ ਮੰਗੀ ਜਿਹੜਾ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ ਸ਼ੇਰ ਪਿਆ ਕੂਰੇ ਸੀ ਜਨਤਾ ਸ਼ੇਰ ਦੇ ਮੂਰੇ ਜਹਾਂਗੀਰ ਸਣੇ ਸਤ ਪੂਰੇ ਮੂੰਹ ਮੰਗੀਆਂ ਮਰਾਦਾ ਪਾਵੇ ਜੀ ਕੋਈ ਮਰਦ ਸੂਰਮਾ ਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਹਾਰੇ ਜਹਾਂਗੀਰ ਜਗਿਆ ਸ਼ਿਕਾਰ ਇੱਕ ਸ਼ੇਰ ਦਸੇ ਪੁਬ ਮਾਰ ਤਕ ਮੌਤ ਕੰਬੀ ਸਰਕਾਰ ਚਟ ਮੁਖ ਚੋਂ ਬਚਨੇ ਉਚਾਰੇ ਜੀ ਮੈਂ ਦੌਲਤ ਦਿਆਵੂ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ ਸ਼ੇਰ ਪਿਆ ਪੂਰੇ ਸੀ ਜਨਤਾ ਸ਼ੇਰ ਦੇ ਮੂਰੇ ਜਹਾਂਗੀਰ ਸਣੇ ਸਤ ਪੂਰੇ ਮੂੰਹ ਮੰਗੀਆਂ ਮਰਾਦਾ ਪਾਵੇ ਨੀ ਕੋਈ ਮਰਦ ਸੂਰਮਾ ਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ ਤੱਕ ਦਿਲ ਸਭਨਾ ਦਾ ਤੜਕੇ ਤੱਕ ਦਿਲ ਸਭਨਾ ਦਾ ਤੜਕੇ ਅਨ ਗੱਲ ਕਹਿਣ ਅਲਾਹੁ
ਬਾਹੂ ਪੜ ਕੇ ਆਈ ਫੌਜ ਵਰੋਤੀ ਚੜ ਕੇ ਜਿੰਦ ਮੌਤ ਦੇ ਹੋਣ ਤਾਰੇ ਜੀ ਮੈਂ ਦੌਲਤ ਦਿਆਵੋ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਵਲ ਤਾਰੇ ਅੱਲਾ ਕਰੋ ਪੀ ਹੋਈ ਪੀ ਅੱਲਾ ਕਰੋ ਪੀ ਹੋਈ ਹੋਈ ਭੈੜੀ ਅਵਕਿਆ ਕੋਈ ਜਿੰਦ ਪਲ ਵਿੱਚ ਜਾਪੇ ਮੋਈ ਕੋਈ ਖੌਫ ਖੁਦਾ ਦਾ ਖਾਵੇ ਜੀ ਕੋਈ ਮਰਦ ਸੂਰ ਮਹਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ ਗੁਰੂ ਨਾਨਕ ਜਾਰਾ ਪੀਰ ਜਿਹਦ ਸੇਵਕ ਕੀਰ ਅਮੀਰ ਮੇਰਾ ਮਨ ਨਹੀਂ ਧਰਦਾ ਤੀਰ ਭਈ ਬਿਪਤਾ ਸਿਰ ਤੋਂ ਟਾਰੇ ਜੀ ਮੈਂ ਦੌਲਤ ਦਿਆਵੋ ਮੰਗੀ ਜਿਹੜਾ ਬੱਬਰ ਸ਼ੇਰ ਨੂੰ ਮਾਰੇ ਜੀ ਵਲ ਤਾਰੇ ਵਿਗੜੇ ਤੌਰ ਉਸ ਜਾਣਾ ਤਖਤ ਲਾਹੌਰ ਜਿੰਦ ਟੁੱਟ ਰਹੀ ਮਾੜੇ ਤੌਰ ਕੋਈ ਕਿਲਾ ਮੌਤ ਦਾ ਠਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ ਬਸ ਰਹਿ ਜੂ ਜਾਦ ਨਿਸ਼ਾਨੀ ਕੋਈ ਮਾਰੂ ਨਾ ਸੁਖ ਵਿੱਚ ਪਾਨੀ ਨਹੀਂ ਭੁੱਲਣੀ ਐਸ਼ ਕਹਾਨੀ ਲਖ ਤਲਵਾ ਮੈਲ ਮਨਾਰੇ ਜੀ ਮੈਂ ਦੌਲਤ ਦਿਆਵੋ ਮੰਗੀ ਜਿਹੜਾ ਬੱਬਰ ਸ਼ੇਰ ਨੂੰ ਮਾਰੇ ਜੀ ਵਲ ਤਾਰੇ ਚੰਦੂ ਚੰਡਾਲ ਕਹੇ ਅੱਜ ਸੁਪਨਾ ਦਾ ਕਾਲ ਭੁੱਲ ਗਈ ਜ਼ਿੰਦਗੀ ਦੀ ਚਾਲ ਕਹੇ ਸਾਹਾ ਗੁਰਾਂ ਨੂੰ ਤਾਵੇ ਦੀ ਕੋਈ ਮਰਦ ਸੂਰਮਾ ਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਦੀ ਬਲ ਤਾਰੇ ਜਹਾਂਗੀਰ ਗੁਰਾਂ ਨੂੰ ਅੱਖ ਤੇ ਤੁਸੀਂ ਦੇਸ਼ ਧਰਮ ਦੇ ਰੱਖਿਓ ਜਹਾਂਗੀਰ ਗੁਰਾਂ ਨੂੰ ਆਖੇ ਤੁਸੀਂ ਦੇਸ਼ ਧਰਮ ਦੇ ਰੱਖੇ ਮੈਨੂੰ ਕੱਲ ਇਹ ਸਹਿਬਾ ਪੱਖੇ ਹੁਣ ਚੱਲਣੇ ਨਹੀਂ ਕੋਈ ਚਾਰੇ ਜੀ ਮੈਂ ਦੌਲਤ ਦਿਆਵੋ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਵਲ ਤਾਰੇ ਗੁਰਾਂ ਨੂੰ ਕਰੀਏ ਪਹਿਲਾ ਮੌਕਾ ਗੁਰਾਂ ਨੂੰ ਦਈਏ ਫਿਰ ਆਪਾਂ ਸ਼ੇਰ ਨੂੰ ਪਈਏ ਗੱਲ ਤਾਂ ਇਹ ਸੂਤਰ ਆਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਹਾਰੇ ਓ ਜਹਾਂਗੀਰ ਕਹੇ ਹੱਥ ਜੋੜ ਹੁਣ ਮੌਤ ਨੀ ਕਰਨਾ ਛੋੜ ਦੇ ਨਵਾਂ ਜਨਮ ਕੋਈ ਮੋੜ ਜਿੰਦ ਮੌਤ ਦੇ ਹੋਣ ਤਾਰੇ ਜੀ ਮੈਂ ਦੌਲਤ ਦਿਆਵੋ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਵਲ ਤਾਰੇ ਜਨ ਪੈਨੀ ਮੀਰੀ ਪੀਰੀ ਲੱਗੇ ਆਖਣ ਗੱਲ ਅਖੀਰੀ ਕਿਉਂ ਸਾਰੀ ਬੜੀ ਦਲਗੀਰੀ ਜੋਗੀ ਨੂੰ ਗੁਰਮੁਖ ਪਾਵੇ ਜੀ ਕੋਈ ਮਰਦ ਸੂਰਮਾ ਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ ਗੁਰੂ ਕੀ ਸੰਗਤਾਂ ਵੱਲੋਂ ਇਤਿਹਾਸ ਦੀ ਮਾਣ ਵਿੱਚ ਬੇਅੰਤ ਮਾਇਆ ਹਾਜ਼ਰ ਹੋਈ ਮੇਰੇ ਵੀਰ ਗਿਆਨੀ ਚਾਂਜਲ ਸਿੰਘ ਜੀ ਰਾਗੀ ਸਾਹਿਬਾਂ ਉਹਨਾਂ ਸੋਦਬੜਾ ਮਾਇਆ ਪੀ ਜੀ ਮੇਰਾ ਪਾਤਸ਼ਾਹ ਕਿਰਪਾ ਚੜ੍ਹਦੀ ਕਲਾ ਕਰ ਇਲਾਕੇ ਵਿੱਚ ਆਈਆਂ ਸੰਗਤਾਂ ਨੇ ਮੇਰੇ ਵੀਰ ਗੁਰਮੇਜ ਸਿੰਘ ਜੀ ਨੇ ਗਿਆਨੀ ਜਗੀਰ ਸਿੰਘ ਜੀ ਨੇ ਭਾਈ ਜਗਤਾਰ ਸਿੰਘ ਜੀ ਨੇ ਭਾਈ ਜਗੀਰ ਸਿੰਘ ਜੀ ਝੰਡੇ ਵਾਲਿਆਂ ਨੇ ਭਾਈ ਓਂਕਾਰ ਸਿੰਘ ਨੌਕਰੀ ਦਾਤਵਾ ਤੇ ਸੋਦਬੜਾ ਮਾਇਆ ਪੀ ਜੀ ਮੇਰਾ ਪਾਤਸ਼ਾਹ ਚੜ੍ਹਦੀ ਕਲਾ ਕਰ ਭਾਈ ਅਮਰੀਤ ਸਿੰਘ ਦੇ ਝੰਡਿਆਂ ਵਾਲੇ ਉਹਨਾਂ ਬੇਅੰਤ ਮਾਇਆ ਪੀ ਜੀ ਪਾਤਸ਼ਾਹ ਚੜ੍ਹਦੀ ਕਲਾ ਕਰ ਬਹੁਤ ਸਾਰੀਆਂ ਗੁਰੂ ਦੀਆਂ ਸੰਗਤਾਂ ਵੱਲੋਂ ਇਤਿਹਾਸ ਦੀ ਮਾਣ ਵਿੱਚ ਮਾਇਆ ਹਾਜ਼ਰ ਹੋਈ ਹੈ ਮੇਰਾ ਗੁਰਦੇਵ ਸੱਚੇ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਦਰਾਂ ਕੋ ਰਹਿਮਤਾਂ ਬਖਸ਼ ਕਰਨ ਇੱਕ ਪਾਸੇ ਜਹਾਂਗੀਰ ਬਾਦਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਇੱਕ ਪਾਸੇ ਮੀਰੀ ਪੀਰ ਦਾ ਮਾਲਕ ਸੋਹਣਿਆਂ ਦਾ ਸਰਤਾਜ ਮਹਾਂਬਲੀ ਸੂਰਮਾ ਛੇਵੇਂ ਪਾਤਸ਼ਾਹ ਮਹਾਰਾਜ ਹੈ ਇਹ ਉਹ ਮਹਾਂਬਲੀ ਸੂਰਮਾ ਹੈ
ब्रह्म ज्ञानी दे वरना पैदा होया सरकार योग बाबूडा साहब जी दे वरना पैदा होया छेवें पातशाह मेरी पीर दा मालिक माला हिंदू स्थान दी सरकार बेईमान है जे ते शेर मर गया तां वी चंगा जे शेर ने छेवें पातशाह नूं मारता ते सदा वाती कलंक मुक जावे कला मुक जावे हिंदू स्थान दा बादशाह अंदरे दा बेईमान है इन्हें आख्या हे मेरी पीरी वालिया ए तू कृपा कर ए तेरे मुंडे काम आया होया ए तेरे गुच दा काम है हस पिया छेवें पातशाह मालिक महाराज कहन लगे हां समय दी सरकार समय दे बादशाह ठीक है दुनिया दा वाले छेवें पातशाह महाराज वधिया है उस जंगल वाले निकलिया कोई बब्बर शेर उन्हें भुक मारी छेवें पातशाह नूं वेख के मारा दिया ने छेवें पातशाह ने मंगारिया इस बब्बर शेर नूं दोवां दा मुकाबला होण लगा जहांगीर बादशाह कम दा मखलोता होया चंदू लागे बैठा खलोता कम दा है कि जे बब्बर शेर सानू आण पिया साडा की बनेगा भाई विधि चंद उह पासे हो गया है जिहड़े खलोता होया माता दा माल है अपना लैके निजा इधर हो गया छेवें पातशाह वधदा है शेर वाले महाराज अखां लाल ने शेर दियां छेवें पातशाह ने मंगारिया शेर नूं शेर ने मंगारिया छेवें पातशाह महाराज जी नूं हिंदुस्तान दी सरकार वेंदी है अनोखा मुकाबला होण लगा लई दाते ने ढाल खब्बिया च महाराज जी ने लाया खब्बा गोडा धरती ते महाराज जी ने कीता है वीर आसन ते शेर ने वार करता छेवें पातशाह महाराज जी ते छेवें पातशाह ते वार कीता बब्बर शेर ने उन्हें मारी झबट सिधान के ढाल ते पै गया छेवें पातशाह महाराज जी ने एक खब्बी बाह छेवें पातशाह ने दाते दी बाह कदे कंबी नी महाराज जी ने कदे डोली नी बाह महाराज जी ने चक्किया शेर नूं तां महाराज जी ने दाते दा वीर आसन है महाराज जी दा सज्जे हथ नाल महाराज जी ने ऐसा तेग दा वार कीता होया शेर लगों दो थां हो के धरती ते जा पिया शेर दोवां थां ते हो के धरती ते जा पिया कंब गया समय दा बादशाह जहांगीर उहने आखिया साडी जपदी खैर नेंगे ਇਥੋਂ ਵੇਲੇ ਹੋਇਆ ਜਹਾਂਗੀਰ ਬਾਦਸ਼ਾਹ ਆਪਣੇ ਮਹੱਲਾ ਵਿੱਚ ਐਸਾ ਡਰਿਆ ਹੋਇਆ ਦਿਨ ਦਾ ਸੁੱਤਾ ਜਾ ਕੇ ਮਹੱਲਾ ਵਿੱਚ ਐਸੇ ਡਰਨਾ ਇਹਨੂੰ ਤਾਪ ਚੜ ਗਿਆ ਰਾਤ ਇਹਨੂੰ ਰਾਤ ਬੁਖਾਰ ਹੋ ਗਿਆ ਕੰਬ ਕੰਬ ਕੇ ਚੜਿਆ ਹੋਇਆ ਬੁਖਾਰ ਇਹਨੂੰ ਕਦੇ ਸੁਪਨੇ ਵਿੱਚ ਸ਼ੇਰ ਆਉਂਦਾ ਹੋਵੇਗਾ ਇਹਨੂੰ ਕੰਬਦਿਆਂ ਬੁਖਾਰ ਚੜ ਗਿਆ ਰਾਤ ਆਏ ਚੜਿਆ ਹੋਇਆ ਦਿਨ ਚੰਦੂ ਆਇਆ ਉਹਨੇ ਆਖਿਆ ਜੀ ਕੀ ਹੋਇਆ ਉਹਨੇ ਆਖਿਆ ਹੋਣਾ ਕੀ ਸਾਰੀ ਰਾਤ ਤਮਕਦਾ ਹੀ ਰਿਹਾ ਵਾ ਡਰ ਆਉਂਦਾ ਰਿਹਾ ਨਾਲ ਬੁਖਾਰ ਹੋ ਗਿਆ ਉਹਨੇ ਆਖਿਆ ਮੈਂ ਨਜੂਮੀਆਂ ਲੈ ਕੇ ਆਉਣਾ ਆਏ ਹੈ ਨਜੂਮੀਆਂ ਆਇਆ ਹੈ ਹਕੀਮ ਛੇਵੇਂ ਆਇਆ ਜਹਾਂਗੀਰ ਬਾਦਸ਼ਾਹ ਦੇ ਕੋਲ ਉਹਨੇ ਆਖਿਆ ਜੋਸ਼ੀ ਸਾਹਿਬ ਹਕੀਮ ਸਾਹਿਬ ਜਰਾ ਝਾਤੀ ਮਾਰ ਕੇ ਵੇਖਿਆ ਕੀ ਗੱਲ ਹੋਈ ਤੱਕੀਏ ਜੇ ਜਹਾਂਗੀਰ ਬਾਦਸ਼ਾਹ ਜੋਸ਼ੀ ਨੂੰ ਹੇ ਕੀ ਕਹਿ ਰਿਹਾ ਚੰਦੂ ਸ਼ਾਹ ਨੇ ਕੰਨ ਪਰੇ ਸੀ ਨਾਲ ਰਖਾ ਸੜਕੇ ਜਹਾਂਗੀਰ ਕੋਲ ਪਹੁੰਚਾ ਪੰਡਤ ਸ਼ਿਵ ਸ਼ੰਕਰ ਮਨ ਪੜਕੇ ਪੰਡਤ ਸੀ ਜੋ ਕਰਦਾ ਹਰ ਦਮ ਆਗਿਆਕਾਰੀ ਦਾਸ ਨਜੂਮੀ ਜੋ ਤੁਸ ਲਾ ਕੇ ਕਿਵੇਂ ਹਟੂ ਬਿਮਾਰੀ ਚੰਦੂ ਸ਼ਾਹ ਨੇ ਕੰਨ ਪਰੇ ਸੀ ਨਾਲ ਰਖਾ ਸੜਕੇ ਜਹਾਂਗੀਰ ਕੋਲ ਪਹੁੰਚਾ ਪੰਡਤ ਸ਼ਿਵ ਸ਼ੰਕਰ ਮਨ ਪੜਕੇ ਸੁਣਦਾ ਪੰਡਤ ਸੀ ਜੋ ਕਰਦਾ ਹਰ ਦਮ ਆਗਿਆਕਾਰੀ ਦਾਸ ਨਜੂਮੀ ਜੋ ਤੁਸ ਲਾ ਕੇ ਕਿਵੇਂ ਹਟੂ ਬਿਮਾਰੀ ਚੰਗਾ ਖਾਵਾਂ ਤੇ ਚੰਗਾ ਪੀਵਾਂ ਚੰਗਾ ਖਾਵਾ ਚੰਗਾ ਪੀਵਾ ਕਿਉਂ ਏ ਲੈਮਤ ਲੱਗੀ ਹੱਸਦੇ ਫੁੱਲ ਕਮਲ ਆ ਗਏ ਛੇਤੀ ਹਵਾ ਜ਼ਹਿਰੀਲੀ ਵੱਗੀ ਵਾਲਾ ਵਗਿਆ ਚਖੜਾ ਡੋਲੇ ਮੈਲ ਅਟਾਰੀ ਦਾਸ ਨਜੂਮੀ ਜੋ ਦੱਸ ਲਾ ਕੇ ਕਿਵੇਂ ਹਟੂ ਬਿਮਾਰੀ ਕਾਫੀ ਚਿਰ ਤੋਂ ਲੈ ਕੇ ਮੇਰਾ ਖਾਣਾ ਪੀਣਾ ਸਾਦਾ ਅੱਗੇ ਤੋਂ ਥੋੜਾ ਹੈ ਅੱਜ ਮੈਂ ਗੋਸ਼ਤ ਕੀਮਾ ਖਾਦਾ ਖਾਣਾ ਮੁਰਗੇ ਵਿੱਚ ਪਾਵਾਂ ਸੇਜ ਟੁੰਗਰੀ ਮਾਰੀ ਦਾਸ ਨਜੂਮੀ ਜੋ ਦੱਸ ਲਾ ਕੇ ਕਿਵੇਂ ਹਟੂ ਬਿਮਾਰੀ ਤਨੋ ਮਨੋ ਮੈਂ ਸੋਚ ਨੀ ਕਰਦਾ ਗਮ ਨੀ ਆਉਂਦਾ ਨੇੜੇ
तनो मनो मैं सोच नहीं करता गम नहीं आउंदा नेड़े जद तक हीर दा दिल नहीं रारी किवें वसणगे खेड़े जल नहीं मिलना आखे वाली कलारी जा मरदानिया जल नहीं मिलना आखे वाली कलारी दासन जोमी जोत जलाके केवे हटूब मारी झूठ नहीं ओ जेड़िया गल्ला सतगुर मैनू आंदा खबरे छेवा सतगुर मैनू रोब वखाउणा चांदा पीरी पीरी पैनी जिसने बने तबसवी पारी दासन जूमी जोत जला के केवे हडूब मारी नेर साई दा अंग अंग चो उठ रहियां ने दर्दा सीना पाड़ी जा रहियां ने दुखा वालियां करदा नारा कट्टी जांदी जापे दुखा वाली यारी नारा कट्टी जावे जापे दुखा वाली यारी दासन जूमी जोर सला के केवे हडूब मारी सचे जे तू टेवे लावे ते दया नाम हजारा सचे जे तू टेवे लावे दया नाम हजारा ओ बंदे तर जंदे ने जो खुश रखन सरकारा बोलू पाके पीड़ सुनागा जे तू करी मकारी दासन जूमी जो दसला के केवे हडूब मारी पातशाह दे वैन नजूमिया तेज हड़ां तो चल दे हंस सदा जग दे ने मोती शेर मास खा पल दे माया बनी जिन्ना दी दासी जांदे साजन तारी माया बनी जिन्ना दी दासी जांदे साजन तारी दासन जूमी जोत जला के केवे हडूब मारी शकल बचा दी सचमुच दस दे लै सरकारी चिट्ठिया दुनिया दे विच पूजिया जावे खुशियां लैन डिठिया गुरमुख सिंघा जोगी नू दस दे करके बरकरदारी दासन जूमी जोत जला के केवे हडूब मारी इलाके दी संगत वल्लो नगर दंगत वालों इतिहास के माण में बेनत मैं हाजिर हुई देन दुनिया के वाल की कृपा कर चढ़ दी कला करी महाराज हरेक माई भाई के मन अंदर आसन भावना ने सैव संपूर्ण चढ़ दी कला कर छेवें पातशाह महाराज जी ने जोशी वाल ने वेख्या जोशी ने आख्या ठीक है दसांगे टेबल ला के उन्हें आख्या टेबल ला के दस बीमारी केड़ी लगे ही चंदू मकार उन्हें आख्या बादशाह सलामत उन्हें आख्या की गल हुई है जोशी नूं अठ पैर चाहिए सोच अठ पैर जोशी केवल हुण टेबल ला दस नहीं सकता चाहिए अठ पैर सोचण वास्ते मन की समय दी सरकार जहांगीर बादशाह जोशी उथों चलिया होया अपने घर पहुंचया चंदू लाल मगर ए कोल आया होया कहन लगा जोशी साहब जे वड्डिया ने मित्रता बनाई है तो वड्डे बन जाइदा जे माड़े गुरी तो माड़े बन जाइदा वेख मेरी सरकारी दरबारे चलदी मेरा सरकारी दरबारे केवल टौरिया मेरी सरकारी दरबार गल कुछ मुड़दा नहीं जोशी साहब तू मेरा मसला हल कर दे मैं तेरा मसला हल कर देंगा उन्हें आख्या वजीर साहब गल केड़ी है तुहाडे अंदर की भावना की गल की है उन्हें आख्या मेरा व्यारी है छेवें पातशाह पंजवें पातशाह का पुत एदा कर जतन करके तो छेवें पातशाह नूं कैद करवा दे किते छेवें पातशाह नूं खत्म करा दे उन्हें आख्या वजीर साहब एक कड़ी वड्डी गल है साडे वड्डे जड़े ने बड़े वड्डे वड्डे काम करदे तकिए जे इस जोशी नू चंदू लाल की कह रहा उन मिनाल दे वीर हे इंज कह लगे
ਜਿਹਨੇ ਕਹੇ ਤੈਨੂੰ ਮੂੰਹ ਮੰਗੇ ਦਾਮ ਦਿਆ, ਨਾਲੇ ਪਾਤਸ਼ਾਹ ਦੇ ਘਰ ਚੋਂ ਇਨਾਮ ਦਿਆ, ਜਿਹਨੇ ਆਖੇ ਸ਼ਾਹ ਦੇ ਘਰ ਵਿੱਚੋਂ ਕਾਮ ਦਿਆ, ਕੱਢ ਗਮੀਆਂ ਦੇ ਭੂਤ ਸ਼ਰਾ ਦੇ ਮਲਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤਸ਼ੀ ਪੁਰਾਣਿਆ। ਕਹਿੰਦਾ ਜੋਤਸ਼ੀ ਸੁਣਾਵਾਂ ਗੱਲਾਂ ਸੱਚੀਆਂ, ਸਾਡੇ ਜੋਤਸ਼ੀ ਤੇ ਨਹੀਂ ਲਕੀਰਾਂ ਕੱਚੀਆਂ, ਵੇਖ ਖੁਸ਼ੀਆਂ ਦੇ ਐਸਾ ਮੂਹਰੇ ਨੱਚੀਆਂ, ਕੰਮ ਕਰੀਏ ਜੋ ਜਿਹਨੂੰ ਦੁਨੀਆ ਮਿਕਾਉਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ। ਜਿਹਨੇ ਕਹੇ ਤੈਨੂੰ ਮੂੰਹ ਮੰਗੇ ਦਾਮ ਦਿਆ, ਨਾਲੇ ਪਾਤਸ਼ਾਹ ਦੇ ਘਰ ਚੋਂ ਇਨਾਮ ਦਿਆ, ਜਿਹਨੇ ਆਖੇ ਸ਼ਾਹ ਦੇ ਘਰ ਵਿੱਚੋਂ ਕਾਮ ਦਿਆ, ਕੱਢ ਗਮੀਆਂ ਦੇ ਭੂਤ ਛਰਾ ਦੇ ਮਲਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤਸ਼ੀ ਪੁਰਾਣਿਆ। ਪਹਿਲਾਂ ਜੋਤਸ਼ੀ ਸੁਣਾਵਾਂ ਗੱਲਾਂ ਸੱਚੀਆਂ, ਸਾਡੇ ਜੋਤਸ਼ੀ ਨਹੀਂ ਲਕੀਰਾਂ ਕੱਚੀਆਂ, ਵੇਖ ਖੁਸ਼ੀਆਂ ਜਾਂ ਸਾਰੇ ਮੂਹਰੇ ਨੱਚੀਆਂ, ਕੰਮ ਕਰੀਏ ਹੋ ਜਿਹਨੂੰ ਤੂੰ ਨਹੀਂ ਆਵੀ ਗਾਉਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ। ਨੰਗ ਕਰ ਦਿੰਦੀ ਦੋਸਤੀ ਕੰਗਾਲਾਂ ਦੀ, ਰੱਬ ਵੇਖਿਆ ਨੀ ਦੁਨੀਆ ਹਚਾਲਾਂ ਦੀ, ਰਾਜਨੀਤੀ ਖੇਡ ਖੇਡਣੀ ਨੀ ਬਾਲਾਂ ਦੀ, ਉੱਚੇ ਚਲੇ ਜਾਂਦੇ ਜਿੰਨਾ ਵਕਤ ਪਛਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤਸ਼ੀ ਪੁਰਾਣਿਆ। ਸਾਰੀ ਦੁਨੀਆ ਹੈ ਲੋਕ ਸਾਨੂੰ ਜਾਣਦੇ, ਸਾਰੀ ਦੁਨੀਆ ਹੈ ਲੋਕ ਸਾਨੂੰ ਜਾਣਦੇ, ਅਸੀਂ ਪੱਥਰਾਂ ਚੋਂ ਰਹੀਏ ਮੋਤੀ ਛਾਣਦੇ, ਟੰਗ ਹੱਥ ਉੱਤੇ ਸਰੋਂ ਅੱਜ ਮਾਣਦੇ, ਬੰਦਾ ਸੋਹੀ ਜਿਹਨੂੰ ਦੰਦ ਦੁਨੀਆ ਗਾਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ। ਜਿਨੇ ਹਰ ਥਾਂ ਤੇ ਮਗਰਾਂ ਦਾ ਜਾਲ ਤਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤਸ਼ੀ ਪੁਰਾਣਿਆ। ਐਸਾ ਪਾਤਸ਼ਾਹ ਨੂੰ ਭਰਮਾਂ ਚ ਪਾ ਦਿਆ, ਉਹਦੀ ਗੁਰਾਂ ਨਾਲ ਟੱਕਰ ਲਵਾ ਦਿਆ, ਗਮੀ ਸਦਲਾਂ ਖੁਸ਼ੀਆਂ ਨਸਾ ਦਿਆ, ਭਾਵੇਂ ਦੁਨੀਆ ਮਾਰੇ ਤੇ ਪਿੱਛੋਂ ਮਾੜਾ ਆਉਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ। ਪਾਤਸ਼ਾਹ ਨੂੰ ਜਿਹੜੀ ਤੁਹਾਨੂੰ ਔਰ ਹੈ, ਪਾਤਸ਼ਾਹ ਨੂੰ ਜਿਹੜੀ ਤੁਹਾਨੂੰ ਔਰ ਹੈ, ਵੱਧ ਗਈ ਇਹ ਬਿਮਾਰੀ ਮਾੜੇ ਤੌਰ ਹੈ, ਛੇਵੇਂ ਗੁਰਾਂ ਦੀ ਤੁਸਾਂ ਦੇ ਦਿਲੋਂ ਖੋਰ ਹੈ, ਸਾਰਾ ਜ਼ੋਰ ਲਾ ਦੇ ਸੱਚ ਦੀ ਕਮਾਈ ਖਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤਸ਼ੀ ਪੁਰਾਣਿਆ। ਮਨੋ ਹੋ ਕੇ ਪੂਰਾ ਜ਼ੋਰ ਲਾਊਂਗਾ, ਪੂਰੇ ਪਾਤਸ਼ਾਹ ਨੂੰ ਪੂਰਾ ਸਮਝ ਆਊਂਗਾ, ਛੇਵੇਂ ਪਾਤਸ਼ਾਹ ਨੂੰ ਚੱਕਰਾਂ ਚ ਪਾਊਂਗਾ, ਸਾਰੀ ਦੁਨੀਆ ਮੇ ਸਿੱਖ ਮਨ ਨੂੰ ਉੱਚਾ ਲਾਉਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ। ਵਿਧੀ ਪਾਤਸ਼ਾਹ ਨੂੰ ਦੱਸੀ ਨਾ ਨਰਮ ਤੂੰ, ਵਿਧੀ ਪਾਤਸ਼ਾਹ ਨੂੰ ਦੱਸੀ ਨਾ ਨਰਮ ਤੂੰ, ਪਾਦ ਪਾਤਸ਼ਾਹ ਨੂੰ ਸੋਚ ਕੇ ਭਰਮ ਤੂੰ, ਕਰੀ ਮੇਰੇ ਹੱਕ ਵਾਲਾ ਹੀ ਕਰਮ ਤੂੰ, ਨੇਕੀ ਕਰਨੋ ਹਟੀ ਨਾ ਧਰਮੀ ਘਰਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤਸ਼ੀ ਪੁਰਾਣਿਆ। ਕਹੇ ਨੇ ਜੁਮੀਆ ਸਾਰੀ ਕਰੀ ਨਾ ਫਿਕਰ ਤੂੰ, ਹਰ ਵੈਰ ਵਾਲਾ ਦੱਸੇ ਨਾ ਜਿਕਰ ਤੂੰ, ਮੈਨੂੰ ਭੁੱਲੇ ਨਾ ਜ਼ਿੰਦਗੀ ਦੇ ਚਿੱਤਰ ਤੂੰ, ਜੋੜੀ ਜੋਗੀਆਂ ਦੀ ਖੁਸ਼ੀ ਚੰਦਰਾਂ ਨੂੰ ਸੁਣਾਉਣੀ ਰੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ। ਮੇਰੇ ਸਤਿਕਾਰਯੋਗ ਮਾਤਾ ਜੀ, ਸਤਿਕਾਰਯੋਗ ਸਰਦਾਰ ਬਚਨ ਸਿੰਘ ਦਾ ਪਰਿਵਾਰ, ਸਾਡੀ ਮਾਤਾ ਜੀ ਨੇ ਜਥੇ ਦੀ ਮਾਣਵ ਸੋਧ ਬਣਵਾਇਆ ਭੇਜੀ ਆ, ਸਾਹਿਬ ਕਿਰਪਾ ਕਰਨ ਮਹਾਰਾਜ, ਛਿੜ ਦੀ ਕਲਾ ਕਰਨ ਦਾਤਾ ਖੁਸ਼ੀਆਂ ਦੇ ਸ਼੍ਰੀ ਬਸ਼ਕਰ ਮਹਾਰਾਜ, ਇਲਾਕੇ ਦੀ ਸੰਗਤਾਂ ਵੱਲੋਂ ਦਾਸਰੀਆਂ ਦੀ ਮਾਣ ਵਿੱਚ ਸਾਹਿਬਾਂ ਦੇ ਇਤਿਹਾਸ ਦਾ ਮਾਣ ਕਰਦੇ ਹੋਏ ਆ, ਬੇਅੰਤ ਮਾਇਆ ਪਹੁੰਚੀ ਹੈ ਗੁਰੂ ਸਾਹਿਬ ਦੀ ਕਿਰਪਾ, ਛਿੜ ਦੀ ਕਲਾ ਕਰਨ ਮਹਾਰਾਜ, ਪੀਵੀ ਦਾਤੇ ਦੀ ਕਿਰਪਾ ਮਹਾਰਾਜ ਜੀਆਂ ਦੇ ਸਮਾਗਮ ਲੀਕਣੇ, ਸਮਾਗਮ ਕਰਾਉਣੇ, ਇਹ ਤੁਹਾਡਾ ਸੰਯੋਗ ਅਤੇ ਗੁਰੂ ਸਾਹਿਬਾਂ ਦੀ ਬੜੀ ਵੱਡੀ ਕਿਰਪਾ ਮਹਾਰਾਜ ਜੀ ਹੈ। ਆਓ ਗੁਰੂ ਕਿਰਪਾ ਕਰੇ, ਇਹ ਕਵਿਤਾ ਨੇ ਬਾਪੂ ਜੋਗੀ ਸਾਹਿਬ ਦੀਆਂ, ਜਿਹੜਾ ਪਿਛਲੇ ਸਾਲ ਸਾਡੇ ਕੋਲ ਹੈ ਅਤੇ ਮੁੜ ਕੇ ਆਇਆ ਹੀ ਨਹੀਂ। ਐਸੀ ਕਲਾ ਵਰਤੇ
ਜਾਂਦਿਆਂ ਇੱਥੇ ਕਵਿਤਾ ਇੱਕ ਬੋਲ ਗਿਆ, ਮੁੜ ਕੇ ਐਸਾ ਸਮਾਂ ਚੱਲਿਆ, ਐਸਾ ਸਮਾਂ ਚੱਲਿਆ, ਉਹ ਸਿੱਕਮ ਦਾ ਮਹਾਨ ਵਿਦਵਾਨ ਸਾਡੇ ਕੋਲ ਸਦਾ ਵਾਸਤੇ ਕਿਉਂ ਜਾਂਦਾ, ਉਹਦੀ ਕਿਉਂ ਜਾਤ ਸਾਡੇ ਕੋਲ ਹੈਗੀ। ਉਸ ਕੁੰਮ ਦੇ ਹੀਰੇ ਨੇ, ਕ੍ਰਿਸ਼ੀ ਦੇ ਬੋੜ ਨੇ ਸਾਡੇ ਵਰਗੇ ਲੋਕਾਂ ਨੂੰ ਪ੍ਰਸ਼ਾਦੇ ਤੇ ਲਾਇਆ ਹੋਇਆ। ਆਹ ਗੁਰੂ ਕਿਰਪਾ ਕਰੀ ਮਹਾਰਾਜ, ਉਸ ਬਾਪੂ ਦੇ ਅਨੇਕਾਂ ਪ੍ਰਸੰਗ ਨੇ ਜਿਨ੍ਹਾਂ ਪ੍ਰਸੰਗਾਂ ਵਿੱਚ ਰਸ ਹੈ ਤੇ ਬੇਰਸ ਹੈ। ਆਓ ਝਾਤ ਮਾਰੀਏ, ਚੰਦੂ ਲਾਲ ਉਹ ਹੈ ਜੇ ਧੀ ਦਾ ਨਾਤਾ ਛੇਵੇਂ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੇ ਮੋੜਿਆ ਸੀ। ਮਹਾਰਾਜ ਜੀ ਨਾਤਾ ਮੋੜਿਆ ਸੀ ਧੀ ਦਾ ਪੰਜਵੇਂ ਪਾਤਸ਼ਾਹ ਨੇ ਸੰਗਤਾਂ ਦੇ ਆਖੇ, ਮੰਗਣੀ ਸੀ ਛੇਵੇਂ ਪਾਤਸ਼ਾਹ ਦੇ। ਇਹਨੇ ਆਪਣੇ ਨਾਲ ਚਵਾਰਾ ਬਣਿਆ ਸੀ ਤੇ ਗੁਰੂ ਕਾ ਨੀਵਾਂ ਆਖਿਆ ਸੀ, ਇਹੋ ਖੌਰ ਸੀ। ਇਹਨੇ ਪਹਿਲਾਂ ਪੰਜਵੇਂ ਪਾਤਸ਼ਾਹ ਤਵੀ ਤੇ ਬਹਾਲ ਕੇ ਮਹਾਰਾਜ ਜੀ ਨੂੰ ਸ਼ੀਰ ਕੀਤਾ ਹੋਇਆ। ਸੋਲਾਂ ਪੈਰ ਤਵੀ ਤੇ ਬਹਾਲਿਆ ਚੰਦੂ ਲਾਲ ਨੇ ਪੰਜਵੇਂ ਪਾਤਸ਼ਾਹ ਮਾਰ, ਸੋਲਾਂ ਪੈਰ ਜੇ ਤਾਂ ਸੀ ਤੇ ਪਾਇਆ ਮਹਾਰਾਜ ਜੀ ਚੰਦੂ।